जो केंद्र ने साढ़े डैमां ते साढ़े पानियां ते साढ़े हाइडल प्रोजेक्टां ते भाव बीबीएमबी ते भाखड़ा ब्यास मैनेजमेंट बोर्ड ते जिहड़ी पंजाब हरियाणे की नुमाइंदगी खत्म की आ स्थाई मैंबरशिप खत्म की आदि जगह जेडे गैर सूबे ने जिन्हों का उस डैमां नाल हाइडल प्रोजेक्टां नाल पानियां दा कोई संबंध नहीं उन्हां सूबियां नूं इहदे विच घसेड़न की कोशिश की आदि विरोध के अज असी डीसी दफ्तर के धरने मुजहरे करके रोस प्रगटा के देश की सर्वोच्च राष्ट्रपति जी के नाम डीसी साहब राही मंग पत्र भेजांगे। भारतीय किसान यूनियन एकता उग्राह की जिला कमेटी लुधियाना की अगवाई हेठ अज डीसी दफ्तर लुधियाना अगे धरना दिता गया। यूनियन की सूबा कमेटी के फैसले मुताबिक बीबीएमबी विचों पंजाब की प्रतिनिधिता खत्म करन दी केंद्रीय सरकार की कोजी चाल खिलाफ डट के नारे गुजाउंदे भाखड़ा ब्यास प्रबंधकी बोर्ड की पहला वाली स्थिति बहाल करन दी मंग की गई। किसान आगुआ ने अपने संबोधन विच दस्या कि केंद्र सरकार पड़ावार सूबिया दे हक्का ते डाका मार रही है। पंजाब दी धरती ते उसरे डैमा हाइडल प्रोजेक्टा नूं पूरन केंद्री हत्था विच कर रही है जिथे यह राजा दे अधिकारा ते वड्डा हमला है। उन्हां होर की कुछ कहा तुसी आप ही सुन लवो। असीं भारतीय किसान यूनियन एकता उग्राहां दे सूबा कमेटी दे फैसले मुताबक जो केंद्र ने ਸਾਡੇ ਡੈਮਾਂ 'ਤੇ ਸਾਡੇ ਪਾਣੀਆਂ 'ਤੇ ਸਾਡੇ ਹਾਈਡਲ ਪ੍ਰੋਜੈਕਟਾਂ 'ਤੇ ਭਾਵ ਬੀਬੀਐਮਬੀ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਤੇ ਜਿਹੜੀ ਪੰਜਾਬ ਹਰਿਆਣੇ ਦੀ ਨੁਮਾਇੰਦਗੀ ਖਤਮ ਕੀਤੀ ਆ ਸਥਾਈ ਮੈਂਬਰਸ਼ਿਪ ਖਤਮ ਕੀਤੀ ਆ ਉਹਦੀ ਜਗ੍ਹਾ ਜਿਹੜੇ ਗੈਰ ਸੂਬੇ ਨੇ ਜਿਨ੍ਹਾਂ ਦਾ ਉਸ ਡੈਮਾਂ ਨਾਲ ਹਾਈਡਲ ਪ੍ਰੋਜੈਕਟਾਂ ਨਾਲ ਪਾਣੀਆਂ ਦਾ ਕੋਈ ਸੰਬੰਧ ਨਹੀਂ ਉਹਨਾਂ ਸੂਬਿਆਂ ਨੂੰ ਇਹਦੇ ਵਿੱਚ ਘਸੇੜਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਡੀਸੀ ਦਫ਼ਤਰ ਦੇ ਧਰਨੇ ਮੁਜ਼ਾਹਰੇ ਕਰਕੇ ਰੋਸ ਪ੍ਰਗਟਾ ਕੇ ਦੇਸ਼ ਦੀ ਸਰਵਉੱਚ ਰਾਸ਼ਟਰਪਤੀ ਜੀ ਦੇ ਨਾਂ ਡੀਸੀ ਸਾਹਿਬ ਰਾਹੀਂ ਮੰਗ ਪੱਤਰ ਭੇਜਾਂਗੇ। ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਪੰਜਾਬ ਦੇ ਦੀ ਪੱਕੀ ਮੈਂਬਰਸ਼ਿਪ ਆ ਜਿਹੜੀ ਪੁਰਾਣੀ ਸਥਿਤੀ ਆ ਬੀਬੀਐਮਬੀ ਦੀ ਉਹ ਪੂਰੀ ਦੀ ਪੂਰੀ ਉਸੇ ਤਰ੍ਹਾਂ ਬਹਾਲ ਕੀਤੀ ਜਾਵੇ ਇਹਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਕਿਉਂਕਿ ਬੜੀ ਸਾਫ਼ ਗੱਲ ਹੈ ਜਿਸ ਤਰੀਕੇ ਨਾਲ ਮੋਦੀ ਸਰਕਾਰ ਦੇ ਹੱਥ ਕਾਰਪੋਰੇਟਾਂ ਦੇ ਪੱਖ 'ਚ ਖੁੱਲ੍ਹੇ ਹੋਏ ਨੇ ਉਹ ਸਾਡੇ ਐਡੇ ਵਡਮੁੱਲੇ ਉਪਜਾਊ ਪ੍ਰੋਜੈਕਟ ਨੂੰ ਭਾਖੜਾ ਡੈਮ ਵਰਗਿਆਂ ਨੂੰ ਇਹਨਾਂ ਪ੍ਰੋਜੈਕਟਾਂ ਨੂੰ ਬੇਲੋੜਾ ਕਹਿ ਕੇ ਘਾਟੇ ਬੰਦਾ ਕਹਿ ਕੇ ਉਹ ਨਿੱਜੀ ਕਾਰਪੋਰੇਟਾਂ ਨੂੰ ਵੇਚ ਸਕਦੀ ਹੈ। ਉਹ ਸਾਡੇ ਪਾਣੀਆਂ ਤੇ ਜਿਹੜੇ ਪਾਣੀ ਨੇ ਉਹ ਅਬਾਨੀਆਂ ਅਡਾਨੀਆਂ ਜਾਂ ਹੋਰ ਕਾਰਪੋਰੇਟਾਂ ਦੇ ਹੱਥਾਂ ਦੇ ਸਕਦੀ ਹੈ। ਜਿਹੜੀ ਭਾਵ ਜਿਹੜੀ ਵੱਡੀ ਗੱਲ ਜਲ ਜੰਗਲ ਜ਼ਮੀਨ ਜਿਹੜੀ ਕਾਰਪੋਰੇਟਾਂ ਨੂੰ ਪ੍ਰਾਈਵੇਟਾਂ ਨੂੰ ਦੇਣ ਵਾਲੀ ਨੀਤੀ ਆ ਇਹ ਇੱਕ ਉਹਦੇ ਵੱਲ ਵੱਧਵਾਂ ਕਦਮ ਹੈ। ਇਸ ਲਈ ਅਸੀਂ ਅੱਜ ਕੁੱਲ ਪੰਜਾਬ ਦੇ ਡੀਸੀ ਦਫ਼ਤਰਾਂ ਅਤੇ ਐਸਡੀਐਮ ਦਫ਼ਤਰਾਂ 'ਤੇ ਪੂਰੇ ਪੁਰਜ਼ੋਰ ਵਿਰੋਧ ਕਰ ਰਹੇ ਹਾਂ। ਵਿਰੋਧ ਕਰਨ ਤੋਂ ਬਾਅਦ ਦੇ ਵਿੱਚ ਮੁਜ਼ਾਹਰਾ ਕਰਾਂਗੇ ਡੀਸੀ ਦਫ਼ਤਰ ਦੇ ਕਿਸੇ ਨੁਮਾਇੰਦੇ ਨੂੰ ਆਪਣੇ ਮੰਗ ਪੱਤਰ ਦੇਵਾਂਗੇ। ਇਹ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਅਤੇ ਅੱਗੇ ਨੂੰ ਜੇਕਰ ਕੇਂਦਰ ਸਰਕਾਰ ਨੇ ਆਪਣੇ ਉਪਰੋਕਤ ਗਲਤ ਫੈਸਲੇ ਤੋਂ ਆਪਣੇ ਪੈਰ ਪਿੱਛੇ ਨਾ ਕੀਤੇ ਹੱਥ ਨਾ ਖਿਸਕਾਏ ਤਾਂ ਇਹਨੂੰ ਜਿਵੇਂ ਪਿੱਛੇ ਕਿਸਾਨਾਂ ਦੇ ਵੱਡੇ ਸੰਘਰਸ਼ ਦਾ ਸੇਕ ਝੱਲਣਾ ਪਿਆ ਉਹ ਵੀ ਝਲਾਵਾਂਗੇ। ਪੰਜਾਬ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਜਮਹੂਰੀਅਤ ਪਸੰਦ ਲੋਕ ਇਸ ਗੱਲ ਲਈ ਤਿਆਰ ਨੇ ਬਈ ਅਸੀਂ ਪੰਜਾਬ ਦੇ ਕਿਸੇ ਹੱਕ 'ਤੇ ਡਾਕਾ ਨਹੀਂ ਵੱਜਣ ਦੇਵਾਂਗੇ। ਲੁਧਿਆਣਾ ਤੋਂ ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ ਸਿਟੀ ਹੋਮ ਨਿਊਜ਼।